ਆ ਵੇਖੋ ਨਰਮੇ ਦਾ ਬੂਟਾ ਵੇਖ ਇੱਧਰ ਐਡਾ ਐਡਾ ਆ ਵੇਖ ਆ ਛੀਆਂ ਦਿਨਾਂ ਦੇ ਵਿੱਚ ਦੀ ਨਰਮਾ ਐਡਾ ਐਡਾ ਹੋ ਗਿਆ 9 ਤਰੀਕ ਤੋਂ ਬਾਅਦ ਅੱਜ 14 ਤਰੀਕ ਆ ਹਾਂਜੀ 5 ਦਿਨਾਂ ਦੇ ਵਿੱਚ ਨਰਮਾ ਐਡਾ ਹੋ ਗਿਆ ਜੀ ਵੇਖੋ 9 ਤਰੀਕ ਨੂੰ ਬੋਲੀ ਲੱਗੀ ਤੇ 10 ਤਰੀਕ ਨੂੰ ਨਰਮੇ ਨੂੰ ਪਾਣੀ ਲੱਗ ਗਿਆ ਤੇ ਆਹ ਵੇਖੋ ਵੀ ਨਰਮਾ 5 ਦਿਨਾਂ ਦੇ ਵਿੱਚ ਆ ਇੰਨਾ ਇੰਨਾ ਹੋ ਗਿਆ ਗਿੱਠ ਤੋਂ ਉੱਤੇ ਗਿਆ ਨਰਮਾ 5 ਦਿਨਾਂ ਦੇ ਵਿੱਚ ਕਿਸਾਨ ਵੀਰੋ ਹਾਂਜੀ ਆ ਕਿਸਾਨ ਵੀਰੋ ਵੇਖੋ ਵੀ 5 ਦਿਨਾਂ ਵੀ 9 ਤਰੀਕ ਨੂੰ ਬੋਲੀ ਹੋ ਗਈ ਅਤੇ 10 ਤਰੀਕ ਨੂੰ ਪਾਣੀ ਲੱਗ ਗਿਆ ਅਤੇ ਆ 5 ਦਿਨਾਂ ਦੇ ਵਿੱਚ ਸਾਰਾ ਨਰਮਾ ਵੇਖੋ ਵੀ ਐਡਾ ਐਡਾ ਹੋ ਗਿਆ ਨਾਲ ਦੀ ਨਾਲ 5 ਦਿਨਾਂ ਦੇ ਵਿੱਚ ਦੀ ਕਿਸੇ ਦੀ ਵੀ ਖੇਤੀ ਦੀ ਫਸਲ ਐਡੀ ਐਡੀ ਹੁੰਦੀ ਆ ਹਰਪ੍ਰੀਤ ਸੈਕਟਰੀ ਵੀ ਤੇਰਾ ਤਾਂ ਕਹਿਣਾ ਇਹ ਆ ਵੀ 4 ਜੂਨ ਨੂੰ ਹਜੇ ਤੀਕ ਬੋਲੀ ਨਹੀਂ ਹੋਈ ਹਜੇ ਤੀਕ ਵੋਟਾਂ ਦਾ ਕਰਕੇ ਵੀ ਹਜੇ ਤੀਕ ਬੋਲੀ ਨਹੀਂ ਹੋਏਗੀ ਅਤੇ 4 ਜੂਨ ਨੂੰ ਤਾਂ ਤੂੰ ਆਪ ਹੀ ਬਿਆਨ ਦੇਈ ਜਾਂਦਾ ਵੀ ਕੱਲ੍ਹ ਜਿਹੜੀ ਕਿ ਮੈਂ ਵੀਡੀਓ ਪਾਈ ਸੀਗੀ ਵੀ 4 ਜੂਨ ਨੂੰ ਹਜੇ ਤੀਕ ਬੋਲੀ ਨਹੀਂ ਹੋਈ ਵਿਸ਼ਵਦੀਪ ਹਜੇ ਤੀਕ ਬੋਲੀ ਨਹੀਂ ਹੋਈ ਅਤੇ ਆਹ ਨਰਮਾ 9 ਤਰੀਕ ਨੂੰ ਬੋਲੀ ਲੱਗ ਚੁੱਕੀ ਆ ਫਿਰ ਪ੍ਰਬੰਧਕ ਦਾ ਕਹਿਣਾ ਅਰਜਿੰਦਰ ਪ੍ਰਬੰਧਕ ਤੁਸੀਂ ਇਹ ਗੱਲ ਕਹਿਣੇ ਆ ਵੀ ਬੋਲੀ ਤਾਂ ਹੋ ਚੁੱਕੀ ਸੀ ਵੀ ਜੇ ਵਿਸ਼ਵਦੀਪ ਨੇ ਪੈਲੀ ਲੈਣੀ ਸੀ ਤਾਂ 20% ਵੱਧ ਦਿੰਦਾ ਅਤੇ ਬੋਲੀ ਲੈ ਸਕਦਾ ਸੀ ਅੱਛਾ 10 ਤਰੀਕ ਨੂੰ ਵਿਸ਼ਵਦੀਪ ਨੇ ਹੋਕਾ ਦਵਾ ਤਾ 11 ਤਰੀਕ ਨੂੰ ਮੇਰੇ ਪੁੱਤ ਨਾਲ ਤੁਸੀਂ ਆਹ ਧੱਕਾ ਕੀਤਾ ਹਜੇ ਤੀਕ ਤੁਸੀਂ ਇਹ ਸੋਚਦੇ ਆ ਵੀ 9 ਤਰੀਕ ਨੂੰ ਬੋਲੀ ਹੋ ਗਈ ਆਹ 5 ਦਿਨਾਂ ਵਿੱਚ ਦੀ ਵੇਖੋ ਭੈਣ ਭਰਾਵੋ ਵੇਖੋ ਆ ਜਰਾ ਸੀ ਧੱਕਾ ਆ 5 ਦਿਨਾਂ ਦੇ ਵਿੱਚ ਨਰਮਾ ਐਡਾ ਐਡਾ ਹੋ ਗਿਆ ਕਿਸਾਨ ਵੀਰੋ ਤੁਸੀਂ ਜਾਤੀ ਪਾਤੀ 'ਤੇ ਰਹਿ ਜਾਂਦੇ ਹਾਂ ਕਿਤੇ ਸੱਚ 'ਤੇ ਵੀ ਗਰੀਬ ਦੇ ਮਗਰ ਵੀ ਤੁਲ ਕੇ ਵੇਖ ਲਿਆ ਕਰੋ ਮੇਰਾ ਪੁੱਤ ਗਰੀਬ ਘਰੋਂ ਸੰਬੰਧਿਤ ਆ ਮਜ਼ਦੂਰ ਘਰੋਂ ਅਸੀਂ ਹੈਗੇ ਹਾਂ ਆਹ ਧੱਕਾ ਤੁਹਾਡਾ ਆਹ ਵੇਖੋ ਕਿਸਾਨ ਵੀਰੋ ਮੈਂ ਤੁਹਾਨੂੰ ਹੱਥ ਬੰਨ ਕੇ ਬੇਨਤੀ ਆ ਵੀ ਆਹ 5 ਦਿਨਾਂ ਵਿੱਚ ਦੀ ਕਿਹਦੇ ਖੇਤ ਵਿੱਚ ਐਡੀ ਐਡੀ ਖੇਤੀ ਹੋਊਗੀ ਕਿਹਦੇ ਖੇਤ ਵਿੱਚ 5 ਦਿਨਾਂ ਵਿੱਚ ਦੀ ਐਡਾ ਐਡਾ ਨਰਮਾ ਹੋ ਜੂਗਾ ਹੈਂ ਫਿਰ ਇਹ ਕੱਲ੍ਹ ਸਾਡੇ ਹੀ ਮੁੰਡੇ ਕੋਲ ਗਿਆ ਹਾਂ ਕਰਨਿਆ ਤੂੰ ਕੱਲ੍ਹ ਸਾਡੇ ਮੁੰਡੇ ਕੋਲ ਗਿਆ ਸਾਂ ਵੀ ਇੱਥੇ ਸੈਨ ਕਰਕੇ ਅਤੇ ਵੀ ਤੂੰ ਇਹ ਕਹਿ ਵੀ ਨਰਮਾ ਮੈਂ ਬੀਜਿਆ ਹੋਇਆ ਵੀ ਪੈਲੀ ਤਾਂ ਮੇਰੀ ਆ ਕੀ ਗੱਲ ਤੈਨੂੰ ਸਾਡਾ ਹੀ ਮੁੰਡਾ ਦਿਸਿਆ ਸੀ ਤੈਨੂੰ ਐਂ ਨਹੀਂ ਪਤਾ ਵੀ ਉਹਦੇ ਸਕੇ ਚਾਚੇ ਦਾ ਪੁੱਤ ਆ ਜਿਹਦੇ ਕੋਲ ਤੂੰ ਗਿਆ ਸਾਂ ਇੰਨਾ ਘੁੰਮਰਾ ਕਰਨ ਗਿਆ ਸਾਂ ਤੈਨੂੰ ਇਹ ਹੋ ਗਈ ਤੂੰ ਆਖਿਆ ਵੀ ਸੈਨ ਕਰਦੇ ਇੱਥੇ ਤੈਨੂੰ ਉਹਨੇ ਅੱਗੋਂ ਇਹ ਜਵਾਬ ਦਿੱਤਾ ਵੀ ਤੇਰੇ ਨਾਲ ਮੇਰਾ ਪਿਆਰ ਆ ਉਹ ਮੇਰੇ ਸਕੇ ਚਾਚੇ ਦਾ ਪੁੱਤ ਆ ਮੈਂ ਉਹਦੇ 'ਤੇ ਵਾਧਾ ਕਿਵੇਂ ਕਰਾਂ ਅਤੇ ਤੁਸੀਂ ਅੱਜ ਇੰਨੀਆਂ ਗੱਲਾਂ ਕਰਦੇ ਆ ਤੁਹਾਡਾ ਇਹ ਫਰਜ਼ ਮੰਨਦਾ ਵੀ ਹਰਪ੍ਰੀਤ ਸੈਕਟਰੀ ਅਤੇ ਅਰਜਿੰਦਰ ਪ੍ਰਬੰਧਕ ਜਈ ਤੂੰ ਝੂਠ ਕਿੱਡਾ ਬੋਲਦਾ ਵੀ ਕਦੇ ਆਹ ਹੋ ਗਿਆ ਕਦੇ ਆਹ ਹੋ ਗਿਆ ਫਿਰ ਤੁਸੀਂ ਕਿੱਕਰ ਪਟਾਤੀ ਵਿੱਚੋਂ ਪੰਚਾਇਤੀ ਕਿੱਕਰ ਸੀ ਜਿਹੜੀ ਉਹ ਪੰਚਾਇਤੀ ਕਿੱਕਰ ਕਿੱਥੇ ਆ ਉਹ ਕਿਹਦੇ ਖੇਤ ਫੱਟੇ ਪਏ ਉਹਦੇ ਫੱਟੇ ਬਣਾਏ ਗਏ ਉਹਦਾ ਸਾਰਾ ਕੁਛ ਕੀਤਾ ਗਿਆ ਉਹ ਪੰਚਾਇਤੀ ਕਿੱਕਰ ਕਿੱਥੇ ਆ ਪ੍ਰਬੰਧਕ ਸਾਹਿਬ ਇਹ ਦੱਸੋ ਇਹ ਤੁਹਾਡੇ ਨਾਲ ਰਲ ਕੇ ਇਹ ਸਾਰਾ ਕੁਛ ਹੋ ਰਿਹਾ ਇਹ ਫਿਰ ਤੁਸੀਂ ਰਲ ਮਿਲ ਕੇ ਤੂੰ ਤਾਂ ਸੈਕਟਰੀ ਪੈਸੇ ਖਾ ਰਹੇ ਆ ਤੁਹਾਨੂੰ ਕੋਈ ਪੁੱਛਣ ਦੱਸਣ ਵਾਲਾ ਨਹੀਂ ਨਾ ਤੁਹਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਤੁਹਾਨੂੰ ਤਾਂ ਨਹੀਂ ਪੁੱਛ ਰਹੀਗੀ ਕਿਤੇ ਵੀ ਨਹੀਂ ਪੁੱਛ ਰਹੀ
ਅੱਛਾ ਤੁਸੀਂ ਇੰਨੇ ਚਿਰ ਦੇ ਕੰਮ ਕਰੀ ਜਾਂਦੇ ਆ, ਸਾਡੀ ਧਰਮਸ਼ਾਲਾ ਦਾ 4 ਲੱਖ ਰੁਪਈਆ ਆਇਆ ਸੀਗਾ, ਉਹ 4 ਲੱਖ ਦੇ ਵਿੱਚੋਂ ਉਹ ਸਾਡੀ ਧਰਮਸ਼ਾਲਾ ਦਾ 4 ਲੱਖ ਰੁਪਈਆ ਦੱਸਿਆ ਜਾਵੇ ਵੀ ਕਿੱਥੇ ਲੱਗਿਆ ਉਹ, ਜਿਹੜੇ ਪੈਸੇ ਆਏ ਸੀ। ਹੁਣ ਮੇਰੀ ਸਾਰਿਆਂ ਨੂੰ ਇਹ ਬੇਨਤੀ ਆ ਵੀ ਇਹਨਾਂ ਨੂੰ ਪੁੱਛਿਆ ਜਾਵੇ ਵੀ ਜਿਹੜੇ ਇੰਨੇ ਪੈਸੇ ਆਏ ਸੀਗੇ ਵੀ ਇਹਦੇ 57 ਲੱਖ ਰੁਪਈਆ ਪਿਆ ਸੀ, ਖਣੀ 47 ਲੱਖ ਰੁਪਈਆ ਪਿਆ ਸੀ, ਇਸ ਚੀਜ਼ ਦਾ ਮੈਨੂੰ ਪੱਕ ਨਹੀਂ ਪਤਾ, ਪਰ ਉਹ ਪੈਸੇ ਕਿੱਥੇ ਲੱਗੇ ਆ, ਕਾਹਦੇ ਵਿੱਚ ਲੱਗੇ ਆ। ਇੱਕ ਹਸਪਤਾਲ ਵਿੱਚ ਕਮਰਾ ਪਾਇਆ ਗਿਆ, ਉਹ ਵੀ ਸਾਡੀਆਂ ਜਿਹੜੀਆਂ ਜਦੋਂ ਸਾਡੀ ਪੰਚਾਇਤ ਸੀ ਉਹਦੇ ਵਿੱਚ ਉਸ ਕੰਧ ਦੇ ਉੱਤੇ ਉਹ ਕਮਰਾ ਰੱਖ ਕੇ ਪਾਇਆ ਗਿਆ। ਇੱਕ ਛੋਟੀ ਛੋਟੀ 4 ਦੀਵਾਰੀ ਕੀਤੀ ਗਈ ਵੱਡ ਬਖਸ਼ 'ਤੇ, ਅਤੇ ਉਹ ਪੈਸੇ ਜਿਹੜਾ 47 ਲੱਖ ਰੁਪਈਆ ਉਹ ਵੀ ਐਂ ਲੱਗ ਗਿਆ, ਇੱਕ ਨਿੱਕੀ ਨਿੱਕੀ ਕੰਧ 'ਤੇ ਲੱਗ ਗਿਆ, ਇੱਕ ਉਹ ਹਸਪਤਾਲ ਦੇ ਵਿੱਚ ਕਮਰਾ ਪਾਇਆ ਉਹਦੇ 'ਤੇ ਲੱਗ ਗਿਆ। ਬਈ ਇਹਦੇ ਤੋਂ ਸੈਕਟਰੀ ਤੋਂ ਅਤੇ ਪ੍ਰਬੰਧਕ ਤੋਂ ਇਹਦੇ ਵਿੱਚੋਂ ਇਹਨਾਂ ਤੋਂ ਪਤਾ ਲਿਆ ਗਿਆ ਜਾਵੇ ਵੀ ਉਹ ਪੈਸੇ ਕਿੱਥੇ ਲੱਗੇ ਆ। ਮੇਰੇ ਪੁੱਤ ਦੇ ਤਾਂ ਝੂਠੇ ਇਲਜ਼ਾਮ ਲਾਏ ਜਾਂਦੇ ਨਾ ਹਰਪ੍ਰੀਤ ਸੈਕਟਰੀ 'ਤੇ, ਇਹ ਹਰਪ੍ਰੀਤ ਸੈਕਟਰੀ ਤੂੰ ਸਾਹਮਣੇ ਆਪਦੀ ਆਵਾਜ਼ ਦੇ ਵਿੱਚ ਕਹਿ ਨਹੀਂ ਰਿਹਾ ਗਾ ਵੀ ਆਹ 4 ਤਰੀਕ ਨੂੰ ਹਜੇ ਤੀਕ ਵਿਸ਼ਵਦੀਪ 4 ਤਰੀਕ ਨੂੰ ਹਜੇ ਤੀਕ ਬੋਲੀ ਨਹੀਂ ਹੋਈ, ਫਿਰ ਤੁਸੀਂ ਅੰਦਰ ਖਾਤੇ 9 ਤਰੀਕ ਦੀ ਬੋਲੀ ਕਿਵੇਂ ਦਿੱਤੀ, ਫਿਰ ਤੂੰ ਝੂਠਾ ਇਹਦੇ ਵਿੱਚ। ਸੈਕਟਰੀ ਤਾਂ ਪ੍ਰਬੰਧਕ ਝੂਠੇ ਆ, ਆਪ ਦਾ ਬਚਾਓ ਕਰਨ ਮਾਰੇ ਨੇ ਮੇਰੇ ਪੁੱਤ ਨੂੰ ਜੇਲ੍ਹ ਵਿੱਚ ਫਸਾਇਆ। ਮੇਰਾ ਪੁੱਤ ਲੋਕਾਂ ਦੀ ਆਵਾਜ਼ ਚੱਕਦਾ ਸੀ, ਤੁਸੀਂ ਤਾਂ ਫਸਾਇਆ ਮੇਰੇ ਪੁੱਤ ਨੂੰ। ਵਿਸ਼ਵਦੀਪ ਨਾਲ ਧੱਕਾ, ਜਰਾ ਸੀ ਧੱਕਾ ਵਿਸ਼ਵਦੀਪ ਨਾਲ। ਤੁਸੀਂ ਇਹ ਸੋਚਦੇ ਹੋ ਨਾ ਵੀ ਵਿਸ਼ਵਦੀਪ ਤਾਂ ਉੱਥੇ ਜੇਲ੍ਹ 'ਚ ਬਹਿ ਗਿਆ, ਉਹਦਾ ਮਗਰੋਂ ਕਿਸੇ ਨੇ ਕੁਛ ਕਰਨਾ ਨਹੀਂ ਗਾ। ਜੇ ਹੋਰ ਨਾ ਕੋਈ ਖੜੂਗਾ ਤਾਂ ਮੈਂ ਵਿਸ਼ਵਦੀਪ ਦੀ ਮਾਂ ਮਾਂ ਤਾਂ ਖੜੂੰਗੀ, ਉਹਦੀਆਂ ਭੈਣਾਂ ਤਾਂ ਖੜਨ ਗਈਆਂ। ਕਿਸਾਨ ਵੀਰੋ ਵੇਖੋ ਆਹ ਨਰਮਾ 5 ਦਿਨਾਂ ਵਿੱਚ ਦੀ ਐਡਾ ਐਡਾ ਹੋਇਆ। ਮੇਰੇ ਪੁੱਤ ਨੂੰ ਫਰੀਦਕੋਟ ਦੀ ਜੇਲ੍ਹ ਵਿੱਚ ਸਿੱਟਿਆ ਗਿਆ, ਕਿਉਂ ਸਿੱਟਿਆ ਗਿਆ? ਇਸ ਨਰਮੇ ਪਿੱਛੇ, ਇਹ ਨਰਮੇ ਵੀ ਪਿੱਛੇ ਮੇਰੇ ਪੁੱਤ ਨੂੰ ਜੇਲ੍ਹ ਦੇ ਵਿੱਚ ਸਿੱਟਿਆ ਗਿਆ ਵੀ ਇਹ ਉਹਨੇ ਕਿਹਾ ਸੀ ਵੀ ਜਿਹਦੇ ਕੋਲ ਤਾਂ 2 ਕਿੱਲੇ ਪੈਲੀ ਦੇ ਆ ਉਹ ਵੀ ਪੈਲੀ ਰੱਖੂਗਾ, ਜਿਹਦੇ ਕੋਲ 3 ਕਿੱਲੇ ਪੈਲੀ ਦੀ ਉਹ ਵੀ ਪੈਲੀ ਰੱਖੂਗਾ। ਭਲਾ ਤਾਂ ਕੋਈ ਅਮੀਰ ਆ ਅਤੇ ਭਲਾ ਕੋਈ ਗਰੀਬ ਆ? ਵੇਖੋ ਸਾਡੇ ਕੋਲ ਜਾਤੀ ਪਾਤੀ ਦਾ ਮਾਮਲੇ 'ਤੇ ਨਾ ਆਪਾਂ ਕਦੇ ਬੋਲੇ ਹਾਂ, ਜਾਤ ਪਾਤ ਕੁਛ ਵੀ ਹੈ ਨਹੀਂ, ਜੇ ਕੋਈ ਬਣਾਈ ਜਾਵੇ ਤਾਂ ਬਣਾਈ ਜਾਵੇ, ਸਾਡੇ ਵਿੱਚ ਜਾਤ ਪਾਤ ਹੈ ਨਹੀਂ ਗੀ। ਅਤੇ ਆਹ ਇਹਨਾਂ ਨੇ ਨਰਮਾ ਵੇਖੋ, ਆਹ ਹੁਣ ਨਰਮਾ ਹੁਣ ਵੀ ਵਿਖਾ ਦਿੰਦੇ ਤੁਹਾਨੂੰ ਦੁਬਾਰਾ ਵੀ ਆਹ ਨਰਮਾ ਵੇਖੋ, ਆਹ 5 ਦਿਨਾਂ ਦੇ ਵਿੱਚ ਐਡਾ ਨਰਮਾ ਹੋ ਗਿਆ। ਕਿਸਾਨ ਵੀਰੋ ਵੇਖ ਲਓ ਆਹ 5 ਦਿਨਾਂ ਦਾ ਨਰਮਾ, ਆਹ 5 ਦਿਨਾਂ ਦਾ ਨਰਮਾ ਐਡਾ ਐਡਾ ਹੋ ਗਿਆ। ਇੱਕ ਇੱਥੇ ਕਿੱਕਰ ਸੀ, ਆਹ ਸਾਰੇ ਵਿਖਾ ਦੇ 5 ਦਿਨਾਂ ਦੇ ਨਰਮੇ ਦੇ ਵਿੱਚ, ਆਹ 5 ਦਿਨਾਂ ਦਾ ਨਰਮਾ ਉੱਗਰਿਆ ਖੜਾ। ਆਹ 5 ਦਿਨਾਂ ਦਾ ਨਰਮਾ ਇਹਨੂੰ ਵੇਖੋ। ਹਰਪ੍ਰੀਤ ਸੈਕਟਰੀ ਅਤੇ ਪ੍ਰਬੰਧਕ ਅਰਜਿੰਦਰ ਤੇਰਾ ਤਾਂ ਜਵਾਬ ਚਾਹੀਦਾ, ਇਹ ਚੀਜ਼ ਦਾ ਜਵਾਬ ਦੇ ਵੀ ਉਹ ਪੈਸੇ ਕਿੱਥੇ ਆ। ਸਾਡੀ ਪੰਚਾਇਤੀ ਜ਼ਮੀਨ ਦੀ ਬੋਲੀ ਵੀ 9 ਤਰੀਕ ਦੀ ਹੋ ਗਈ, 5 ਤਰੀਕ ਆ ਅੱਜ, 14 ਤਰੀਕ ਆ, 10 ਤਰੀਕ ਨੂੰ ਵਿਸ਼ਵਦੀਪ ਨੇ ਹੋਕਾ ਦਿੱਤਾ, 11 ਤਰੀਕ ਨੂੰ ਤੁਸੀਂ ਵਿਸ਼ਵਦੀਪ ਨੂੰ ਸੱਦ ਕੇ ਅਤੇ ਘੁੰਮਰਾ ਕਰਕੇ ਅਤੇ ਆ ਵਿਸ਼ਵਦੀਪ ਨੂੰ ਉੱਥੇ ਧੱਕਾ ਕੀਤਾ ਤੁਸੀਂ। ਫਿਰ ਤੁਸੀਂ ਕਹਿਣਾ ਵੀ ਵਿਸ਼ਵਦੀਪ ਨੇ ਰੋੜੇ ਚੱਕੇ, ਜੇ ਵਿਸ਼ਵਦੀਪ ਰੋੜੇ ਨਾ ਚੱਕੂਗਾ ਤਾਂ ਹੋਰ ਕੀ ਕਰੂਗਾ? ਫਿਰ ਤੁਸੀਂ ਕਿਹਾ ਵੀ ਸਾਡੇ ਪਿਸਤੌਲ ਲਾਇਆ, ਜਿਹੜਾ ਪਿਸਤੌਲ ਤੁਹਾਡੇ ਲੱਗਿਆ
ਖੋਪੜੀ ਦੇ ਨਾਲ ਉਹ ਪਿਸਤੌਲ ਵਿਖਾਇਆ ਜਾਵੇ ਸਾਨੂੰ। ਉਹ ਪਿਸਤੌਲ ਦੱਸੋ ਕਿੱਥੇ ਆ, ਉਹ ਮੁਰੰਮਤ ਕਿਉਂ ਨਹੀਂ ਕੀਤਾ? ਤੁਹਾਡੀ ਵੀਡੀਓ ਰੋੜਿਆਂ ਦੀ ਚੱਕਿਆਂ ਦੀ ਵੀਡੀਓ ਆ ਗਈ, ਅਤੇ ਪਿਸਤੌਲ ਕਿੱਥੇ ਆ? ਉਹ ਪਿਸਤੌਲ ਦੀ ਕਿਉਂ ਨਹੀਂ ਵੀਡੀਓ ਆਈ? ਕਿੱਡੇ ਝੂਠੇ ਆ ਤੁਸੀਂ, ਕਿੱਡਾ ਝੂਠ ਮਾਰਿਆ ਤੂੰ ਹਰਜਿੰਦਰ ਸੈਕਟਰੀ, ਕਿੱਡਾ ਝੂਠ ਮਾਰਿਆ ਹਰਪ੍ਰੀਤ ਸੈਕਟਰੀ। ਇਹ ਚੀਜ਼ ਦਾ ਜਵਾਬ ਦੇਈਦਾ ਜੇ ਸਰਕਾਰ ਚੰਗੀ ਹੋਵੇ ਨਾ, ਹੈ ਇਹ ਸਰਕਾਰ ਤੇਰੇ ਤੋਂ ਉਸ ਚੀਜ਼ ਦਾ ਹਿਸਾਬ ਕਿਤਾਬ ਲਵੇ ਵੀ ਉਹ ਹਿਸਾਬ ਕਿਤਾਬ ਦਿਓ ਸਾਨੂੰ। ਅਤੇ ਤੁਹਾਡੀ ਆਮ ਆਦਮੀ ਪਾਰਟੀ ਹੈ ਨਾ ਜਿਹੜੀ, ਇਹ ਸਾਰੀ ਰਲੀ ਮਿਲੀ ਨੂਣ ਮਿਰਚ ਇਕੱਠਾ ਹੋਇਆ ਹੈ ਸਾਰਾ। ਤੁਹਾਨੂੰ ਸਵਾਲ ਜਵਾਬ ਨਹੀਂ ਕੋਈ ਕਰਦਾ, ਕਦੇ ਅਕਾਲੀਆਂ ਦੀ ਸਰਕਾਰ ਵਿੱਚ ਇੰਨਾ ਧੱਕਾ ਨਹੀਂ ਹੋਇਆ ਸੀਗਾ, ਪਰ ਅਕਾਲੀਆਂ ਦੀ ਸਰਕਾਰ ਵਿੱਚ ਵੀ ਸਾਡੇ ਇੱਥੇ 5-6 ਬੰਦੇ ਆ, ਉਹਨਾਂ ਨੇ ਵੀ ਅਕਾਲੀਆਂ ਦੀ ਸਰਕਾਰ ਦਾ ਪੱਠਾ ਬਾਤਾ ਜਮਾਂ, ਉਹਨਾਂ ਨੂੰ ਜਮਾਂ ਜ਼ੀਰੋ ਕਰਤਾ। ਅਕਾਲੀਆਂ ਦੀ ਸਰਕਾਰ ਵਿੱਚੋਂ 5-5 ਬੰਦੇ ਹੈਗੇ ਆ ਪਿੰਡਾਂ ਵਿੱਚ ਜਿਹੜੇ ਉਹਨਾਂ ਨੂੰ ਜ਼ੀਰੋ ਕਰਨ 'ਤੇ ਤੁਲੇ ਹੋਏ ਆ, ਉਹ ਸਭ ਕੁਛ ਆਪ ਹੀ ਕਰੀ ਜਾਂਦੇ ਆ। ਗਰੀਬ ਬੰਦੇ ਨਾਲ ਧੱਕਾ ਕਰਦਾ ਕਿ ਗਰੀਬ ਹੀ ਵੋਟਾਂ ਪਾਉਂਦੇ ਹੁੰਦੇ ਸੀ, ਉਹ ਸਭ ਕੁਛ ਕਰਦੇ ਸੀ, ਕਿਉਂ ਨਹੀਂ ਜਾਂਦਾ ਹੁਣ ਕੋਈ ਕਿਸੇ ਨਾਲ? ਤਾਂ ਨਹੀਂ ਜਾਂਦਾ ਕੋਈ ਕਿਸੇ ਨਾਲ, ਇੱਥੇ ਧੱਕਾ ਬਾਹਲਾ ਹੁੰਦਾ, ਇੱਥੇ ਹਰ ਇੱਕ ਚੀਜ਼ ਦਾ ਧੱਕਾ ਹੁੰਦਾ। ਹਾਂਜੀ ਵੀਰੋ, ਮੈਨੂੰ ਇਹ ਚੀਜ਼ ਦਾ ਪਤਾ ਨਹੀਂ ਸੀਗਾ ਵੀ 65 ਲੱਖ ਰੁਪਈਆ ਪਿਆ, ਜਿੱਦਾਂ ਪਿੱਛੇ ਕਿਹਾ ਵੀ 47 ਲੱਖ ਰੁਪਈਆ, 47 ਲੱਖ ਨਹੀਂ ਸੀ ਉਹ, 65 ਲੱਖ ਰੁਪਈਆ ਸੀ। ਉਹ ਆਵਲੇ ਵੇਲੇ ਦੀਆਂ ਗਰਾਂਡਾਂ ਪਈਆਂ ਸੀ ਸਾਡੀਆਂ, ਮੈਂ ਪੰਚਾਇਤ ਮੈਂਬਰ ਹਾਂ ਅਤੇ ਉਦੋਂ ਸਾਡੀਆਂ ਇਹਨਾਂ ਨੇ ਮੀਟਿੰਗਾਂ ਰੋਕਤਾਂਗੀਆਂ, ਸਭ ਕੁਛ ਰੋਕਤਾ ਇਹਨਾਂ ਦੀ ਹੈਗੀ ਸਰਕਾਰ ਝਾੜੂ ਵਾਲਿਆਂ ਦੀ। ਉਹ ਹਾਲੇ ਝਾੜੂ ਵਾਲਿਆਂ ਨੇ ਤਾਂ ਕੁਛ ਦਿੱਤਾ ਨਹੀਂ ਸੀਗਾ, ਉਹ ਆਵਲੇ ਵੇਲੇ ਦੀਆਂ ਹੀ ਗਰਾਂਡਾਂ ਪਈਆਂ ਸੀ 65 ਲੱਖ ਰੁਪਈਆ। ਉਹ 65 ਲੱਖ ਰੁਪਈਆ ਦੱਸਣ ਵੀ ਕਿੱਥੇ ਲਾਇਆ ਹਰਪ੍ਰੀਤ ਸੈਕਟਰੀ ਅਤੇ ਪ੍ਰਬੰਧਕ ਅਰਜਿੰਦਰ? ਉਹ ਦੱਸੋ ਵੀ ਉਹ ਪੈਸੇ ਕਿੱਥੇ ਆ, ਕਾਹਦੇ 'ਤੇ ਲੱਗੇ ਆ?